ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ, ਉਮੀਦ ਹੈ ਸਾਰੇ ਠੀਕ ਹੋਵੋਗੇ। ਅਤੇ ਅੱਜ ਤਰੀਕ 30 ਮਈ, ਆਪਾਂ ਚੱਲੇ ਹਾਂ ਮਾਤਾ ਵੈਸ਼ਨੋ ਦੇਵੀ। ਇਸ ਟਾਈਮ ਅਸੀਂ ਖੜ੍ਹੇ ਹਾਂ ਮੁਕੇਰੀਆਂ ਸਟੇਸ਼ਨ 'ਤੇ, ਇਹ ਮੇਰੇ ਬੈਕ ਸਾਈਡ 'ਤੇ ਦੇਖ ਰਹੇ ਹੋਵੋਗੇ। ਅਤੇ ਆਪਣੇ ਸਫ਼ਰ ਨੂੰ ਕਰਦੇ ਹਾਂ ਸ਼ੁਰੂ। ਲਓ ਜੀ, ਆਪਣੀ ਆ ਗਈ ਟ੍ਰੇਨ, ਪਹੁੰਚੀ ਪੂਰੇ 3:30 ਵਜੇ, 2:05 ਦਾ ਇਹਦਾ ਟਾਈਮ ਸੀਗਾ। ਆਪਣੀ ਟ੍ਰੇਨ ਪਹੁੰਚ ਗਈ ਹੈ ਪਠਾਨਕੋਟ, ਅਤੇ ਪਠਾਨਕੋਟ ਰੁਕੀ ਨੂੰ ਤਕਰੀਬਨ ਹੋ ਗਏ 5 ਕੁ ਮਿੰਟ। ਪੈਟਰੋਲ ਆ ਇਹਦੇ 'ਚ, ਉੱਪਰ ਲਿਖਿਆ ਪੈਟਰੋਲ। ਜੰਮੂ ਤੋਂ ਆਪਾਂ ਚੱਲੇ ਕਟਰਾ, ਅਤੇ ਟ੍ਰੇਨ ਗਈ ਆਪਣੀ ਆ। ਅਤੇ ਲਓ ਜੀ, ਆਪਾਂ ਜੰਮੂ ਤੋਂ ਕਟਰੇ ਦੇ ਲਈ ਰਵਾਨਾ ਹੋ ਗਏ ਹਾਂ। ਟ੍ਰੇਨ ਆਪਣੀ ਆ ਗਈ ਹੈ, ਅਤੇ ਟਾਈਮ 9:30 ਰਾਤ ਦੇ, ਤਕਰੀਬਨ 10:30 ਅਤੇ 10:30-11 ਤੱਕ ਆਪਾਂ ਕਟਰਾ ਪਹੁੰਚ ਜਾਵਾਂਗੇ। ਜੰਮੂ ਸ਼ਹਿਰ, ਕਟਰਾ ਜੋ ਆਪਾਂ ਪਹੁੰਚ ਗਏ ਹਾਂ ਕਟਰਾ, ਅਤੇ ਟਾਈਮ ਹੋ ਗਿਆ ਉਸ ਟਾਈਮ 11:10, ਅਤੇ ਹੁਣ ਅੱਗੇ ਦਾ ਸਫ਼ਰ ਇੱਥੋਂ ਕਰੀਏ ਹੁਣ ਸ਼ੁਰੂ। ਹੁਣ ਆਪਾਂ ਰੈਸਟ ਕਰਦੇ ਹਾਂ, ਅਤੇ ਸਵੇਰੇ ਹੁਣ ਮਿਲਦੇ ਹਾਂ ਫਿਰ ਤੁਹਾਨੂੰ, ਕਿਉਂਕਿ ਥੱਕ ਗਏ ਹਾਂ। ਤਕਰੀਬਨ 6 ਤੋਂ 7 ਘੰਟੇ ਆਪਾਂ ਨੂੰ ਲੱਗ ਗਏ ਇੱਥੇ ਕਟਰਾ ਆਉਂਦਿਆਂ, ਅਤੇ ਹੁਣ ਅਸੀਂ ਬੱਸ ਸਟੈਂਡ ਦੇ ਨੇੜੇ ਇੱਥੇ ਆਪਾਂ ਰੂਮ ਲੈ ਲਿਆ, ਅਤੇ ਰੈਸਟ ਕਰਦੇ ਹਾਂ। ਸਵੇਰੇ ਇੱਥੋਂ ਹੁਣ ਅਸੀਂ ਅਗਲੀ ਆਪਣੀ ਜਰਨੀ ਜਿਹੜੀ ਉਹ ਸ਼ੁਰੂ ਕਰਦੇ ਹਾਂ। ਗੁੱਡ ਮੋਰਨਿੰਗ ਜੀ ਸਾਰਿਆਂ ਨੂੰ, ਅਤੇ ਹੁਣ ਆਪਾਂ ਸਵੇਰੇ ਆਪਣੇ ਰੂਮ ਤੋਂ ਨਿਕਲ ਪਏ ਹਾਂ, ਅਤੇ ਪ੍ਰਸ਼ਾਦਾ ਪਾਣੀ ਲਿਆ 5 ਛੱਕ, ਅਤੇ ਹੁਣ ਜਾਂਦੇ ਪਏ ਹਾਂ ਅਸੀਂ ਜਿੱਥੇ ਆਪਣਾ ਚੜ੍ਹਾਈ ਸਟਾਰਟ ਹੋਣੀ ਹੈ ਨਾ, ਹੁਣ ਆਪਾਂ ਉੱਧਰ ਨੂੰ ਜਾਂਦੇ ਪਏ ਹਾਂ। ਮੌਸਮ ਦੇਖੋ, ਨਾਲ ਬਾਰਿਸ਼ ਹੋਣ ਦਈ ਹੈ। ਰਸਤਾ ਇਹ ਵਾਲਾ ਰਸਤਾ ਮੈਨੂੰ ਲੱਗਦਾ ਇੱਧਰੋਂ ਜ਼ਿਆਦਾ ਆਵਾਜ਼ ਆਈ ਹੈ ਨਾ, ਬਾਕੀ ਆਪਾਂ ਰੇਨਕੋਟ ਲੈ ਲਏ ਆ। ਰੇਨਕੋਟ ਲੈ ਕੇ ਬਾਰਿਸ਼ ਹੋਣੀ ਸੀ ਵੀਰ ਜੀ। ਉਹ ਜੀ, ਆਪਾਂ ਕਾਰਡ ਲੈਣ ਲੱਗੇ ਹਾਂ, ਇੱਥੋਂ ਆਪਾਂ ਨੂੰ ਰਜਿਸਟ੍ਰੇਸ਼ਨ ਕਰਵਾਈ ਜਿਹੜੀ ਉਹ ਸਲਿੱਪ ਦਿਖਾ ਕੇ, ਅਤੇ ਆਪਾਂ ਨੂੰ ਮਿਲੇਗਾ ਇੱਥੋਂ ਆਈ ਕਾਰਡ, ਅਤੇ ਆਈ ਕਾਰਡ 'ਤੇ ਦਿਖਾ ਕੇ, ਅਤੇ ਫਿਰ ਹੀ ਆਪਾਂ ਆਪਣੀ ਜਿਹੜੀ ਯਾਤਰਾ ਆ ਕੇ ਉਹ ਸ਼ੁਰੂ ਕਰ ਸਕਦੇ ਹਾਂ। ਆਈ ਕਾਰਡ ਲੈਂਦੇ ਹਾਂ ਆਪਾਂ, ਆਧਾਰ ਕਾਰਡ ਦਿਖਾ ਕੇ, ਅਤੇ ਇੱਥੋਂ ਲਾਂਗੇ ਕਾਰਡ। ਅਤੇ ਵੈਸੇ ਅਸੀਂ ਔਨਲਾਈਨ ਰਜਿਸਟ੍ਰੇਸ਼ਨ ਵੀ ਕਰਵਾਈ ਸੀ, ਪਰ ਆਪਣੇ ਕੋਲ ਨਾ ਪ੍ਰਿੰਟ ਨਹੀਂ ਉਹ ਹੈਗਾ, ਇੱਥੇ ਪ੍ਰਿੰਟ ਦਿਖਾ ਕੇ, ਵੈਸੇ ਇੰਨਾ ਰਸ਼ ਨਹੀਂ ਹੈਗਾ, ਆਧਾਰ ਕਾਰਡ ਦਿਖਾ ਕੇ ਅਤੇ ਆਪਾਂ ਇੱਥੋਂ ਆਏ ਹਾਂ। ਸਵੇਰੇ ਸਵੇਰੇ ਲਾਈਨ ਲੱਗ ਵੀ ਗਈ, ਇਹ ਜਿਹੜੀ ਲਾਈਨ ਆ ਇਹ ਅੱਗੇ ਜਾ ਕੇ ਆਈ ਕਾਰਡ ਚੈੱਕ ਕਰਦੇ ਆ ਉੱਥੇ ਜਿਹੜੇ ਆਪਾਂ ਨੂੰ ਮਿਲੇ ਆ, ਅਤੇ ਕਾਫੀ ਲੰਬੀ ਲਾਈਨ ਲੱਗ ਗਈ ਹੈ। ਅਤੇ ਸਫ਼ਰ ਆਪਾਂ ਸ਼ੁਰੂ ਕੀਤਾ ਸੀ 8:30, 8:30 ਹੋ ਗਏ ਆ, ਆਪਾਂ ਹੁਣ ਸ਼ਾਰਟਕੱਟ ਮਾਰਦੇ ਹਾਂ, ਅੱਗੇ ਜਾ ਕੇ ਲਾਈਨ 'ਚ ਲੱਗਦੇ ਹਾਂ। ਉੱਪਰ ਬਦਲ ਲਏ ਕਿੰਨੇ, ਲਓ ਜੀ ਇਹ ਆਪਣਾ ਐਂਟਰੀ ਗੇਟ, ਇੱਥੇ ਆਪਣੀ ਹੋਏਗੀ ਚੈਕਿੰਗ, ਅਤੇ ਆਪਣੇ ਜਿਹੜੇ ਆਈ ਕਾਰਡ ਮਿਲੇ ਆ ਉਹ ਹੁਣ ਇੱਥੇ ਚੈੱਕ ਹੋਣਗੇ, ਫਿਰ ਆਪਣੀ ਅੱਗੇ ਦੀ ਯਾਤਰਾ। ਬੱਦਲ ਹੋਏ ਕਾਫੀ, ਲਓ ਵੀ ਇੱਥੇ ਲਗਜ ਆਪਣਾ ਸਕੈਨ ਹੋ ਗਿਆ ਆ, ਐਕਸਰੇ ਹੁੰਦਾ ਜਿੰਨਾ ਵੀ ਸਮਾਨ ਆਪਾਂ ਲੈ ਕੇ ਆਉਂਦੇ ਹਾਂ ਨਾ, ਸਕੈਨ ਹੋਣ ਤੋਂ ਬਾਅਦ ਹੁਣ ਆਪਾਂ ਚੱਲੇ ਅੱਗੇ। ਵਾਪਸੀ ਟਾਈਮ 'ਤੇ ਉੱਥੇ ਉਹ ਆਈ ਕਾਰਡ ਜਮ੍ਹਾਂ ਹੁੰਦੇ ਆ, ਉਹ ਵਾਪਸੀ ਜਿਹੜੇ ਦਰਸ਼ਨ ਕਰਕੇ ਆਉਂਦੇ ਆ ਉਹਨਾਂ ਦੀ ਲਾਈਨਾਂ 'ਤੇ ਇੱਥੇ ਆਈ ਕਾਰਡ ਜਿਹੜੇ ਸਾਨੂੰ ਮਿਲੇ ਆ ਇੱਥੇ ਜਮ੍ਹਾਂ ਹੋਏ। ਬਾਣ ਗੰਗਾ, ਇੱਥੇ ਆਉਂਦੇ ਗਰਮ ਪਾਣੀ ਦਾ ਕੁੰਡ ਆ, ਬੱਕਰੀ ਹੈ ਜੀ ਬਾਣ ਗੰਗਾ। ਇੱਧਰ ਟੂਟੀਆਂ ਲੱਗੀਆਂ ਨੇ, ਆਪਾਂ ਮੂੰਹਾਂ ਧੋਨੇ ਹਾਂ ਹੁਣ। ਆਇਆ ਹੈਰੀ, ਇਹ ਫੋਟੋ ਫੋਟੋ ਕਰਵਾਉਣੀ ਹੋਏ ਕਸ਼ਮੀਰ ਦੀ ਬਲੈਵ ਲੱਗੀ ਸੀਨਰੀ ਮਗਰ।
चलो भाई अगे चढ़ाई तकरीबन 14 किलोमीटर ये शॉर्टकट पर पौड़ी वाला रास्ता नहीं आपां लैणा ਤੁਹਾਨੂੰ ਆਪਾਂ ਬਾਣ ਗੰਗਾ ਦਿਖਾਈ ਸੀ ਨਾ ਥੱਲੇ ਉਹਦਾ ਜਿਹੜਾ ਪਾਣੀ ਉਹ ਇੱਥੋਂ ਜਾਂਦਾ ਆ ਤਿੰਨ ਕਿਲੋਮੀਟਰ ਆ ਗਿਆ ਆਪਾਂ ਹਨਾ ਲਓ ਜੀ 3 ਕਿਲੋਮੀਟਰ ਦਾ ਆਪਾਂ ਸਫ਼ਰ ਤੈਅ ਕਰਕੇ ਤੇ ਆ ਗਏ ਹਾਂ ਚੜੀ ਚਲੋ ਚਰਨ ਪਾਦੁਕਾ ਮਾਤਾ ਦਾ ਮੰਦਿਰ ਆ ਗਿਆ ਚਰਨ ਬਾਕੀ ਤੁਹਾਨੂੰ ਸਾਰੇ ਰਸਤੇ ਦੇ ਵਿੱਚ ਖਾਣ ਪੀਣ ਦਾ ਸਮਾਨ ਮਿਲ ਜਾਏਗਾ ਤੇ ਉਸ ਤੋਂ ਇਲਾਵਾ ਵਾਸ਼ਰੂਮ ਵਗੈਰਾ ਵੀ ਰਸਤੇ 'ਚ ਬਣੇ ਹੋਏ ਨੇ ਕੋਈ ਚੜ੍ਹਾਈ ਵੀ ਜ਼ਿਆਦਾ ਨਹੀਂ ਹੈਗੀ ਘੋੜਿਆਂ ਦੇ ਜਾਣ ਦੀ ਸੰਗਤ ਅੰਦਰ ਮਾਤਾ ਬੈਠੀ ਘੋੜੇ ਦੇ ਰਸਤੇ 'ਚ ਥੋੜ੍ਹੀ ਸ਼ੈੱਡ ਪਈ ਇੱਦਾਂ ਦੀ ਆ ਜਾਲ ਲਾਇਆ ਸਾਹਮਣੇ ਹੈ ਨਾ ਪੱਥਰ ਵਗੈਰਾ ਨਾ ਡਿੱਗਣ ਸਾਨੂੰ ਵੀ ਇਉਂ ਲੱਗਿਆ ਭਾਵੇਂ ਤਾਂ ਘੋੜੇ 'ਤੇ ਮਾਤਾ ਮੰਗਵਾਉਣ ਹੋਵੇ ਇੱਥੇ ਜਿਵੇਂ ਕਿ ਇੱਕੋ ਬਜ਼ੁਰਗ ਕੋਲ ਨਹੀਂ ਚੱਲਿਆ ਜਾਂਦਾ ਅਤੇ ਉਹ ਇਹ ਚੀਜ਼ ਵੀ ਆ ਕੇ ਲੈ ਸਕਦੇ ਆ ਰੈਂਟ 'ਤੇ ਮਿਲਦੀ ਇੱਥੇ ਇਹ 4 ਜਣੇ ਇੱਦਾਂ ਇਹਨੂੰ ਲੈ ਕੇ ਜਾਂਦੇ ਆ ਬਾਕੀ ਇਹ ਘੋੜੇ ਵੀ ਮਿਲ ਜਾਣਗੇ ਤੁਹਾਨੂੰ ਮਾਤਾ ਬੈਠੀ ਘੋੜੇ 'ਤੇ ਜਵਾਕ ਬੈਠਾ ਨਹੀਂ ਆ ਅਰਧ ਕੁਆਰੀ ਰਹਿ ਗਿਆ 3 ਕਿਲੋਮੀਟਰ ਅਤੇ ਟਾਈਮ ਹੋ ਗਿਆ 10:04 'ਤੇ ਆਪਾਂ 4 ਕਿਲੋਮੀਟਰ ਪਿੰਡਾਂ ਤੈਅ ਕਰ ਆਏ ਹਾਂ BP ਆਪਣਾ ਘੱਟ ਗਿਆ 99 ਹੋ ਗਿਆ ਰੀ ਅਜੇ ਤਾਂ ਪਤਾ ਨਹੀਂ ਕਿੰਨਾ ਹੋਣਾ 10 ਕਿਲੋਮੀਟਰ ਚੜ੍ਹਾਈ ਪਈ ਹੈ ਚਲੋ ਬਾਏ ਬਾਏ ਸੰਗਤ ਆਈ ਜਾਂਦੀ ਦਰਸ਼ਨ ਕਰਕੇ ਆਪਾਂ ਵੀ ਚੱਲੀਏ ਅਰਧ ਕੁਆਰੀ 1.5 ਕਿਲੋਮੀਟਰ 1.5 ਤੋਂ ਜ਼ਿਆਦਾ ਅਜੇ ਥੱਕਿਆ ਨਹੀਂ ਇਹ ਰਸਤਾ ਸੀ ਪਿੱਛੋਂ ਆਪਾਂ ਪੌੜੀਆਂ ਵਾਲਾ ਰਸਤਾ ਲੈ ਲਿਆ ਅਤੇ ਇਹ ਰਸਤਾ ਹੁਣ ਉੱਪਰ ਜਾਏਗਾ ਉੱਪਰ ਮੰਦਿਰ ਦਿਖਾਈ ਦਿੰਦਾ ਪਿਆ ਅਰਧ ਕੁਆਰੀ ਮੰਦਿਰ ਅਰਧ ਕੁਆਰੀ ਮੰਦਿਰ ਮਤਲਬ ਕਿ ਅੱਧਾ ਰਸਤਾ ਆਪਾਂ ਤੈਅ ਕਰ ਲੈਣਾ ਮੰਦਿਰ ਦਾ ਉੱਪਰ ਜਾ ਕੇ ਫਿਰ ਤੁਹਾਨੂੰ ਮਿਲਦੇ ਹਾਂ ਜਿਹੜੀਆਂ ਆਪਾਂ ਪੌੜੀਆਂ ਚੜ੍ਹ ਕੇ ਆਏ ਹਾਂ ਨਾ 115 ਆ ਅਤੇ 115 ਹੀ ਮੇਰੇ ਖਿਆਲ ਨਾਲ 3-4 ਵਾਰੀ ਸ਼ਾਰਟਕੱਟ ਲਿਆ ਸੀ ਬੱਲਾ ਬੱਲਾ ਸ਼ਾਰਟਕੱਟ ਪੈਂਦਾ ਅਤੇ ਮਤਲਬ ਕਿ ਜਲਦੀ ਬੰਦਾ ਆ ਜਾਂਦਾ ਉੱਪਰ ਪਰ ਜ਼ੋਰ ਜ਼ਿਆਦਾ ਲੱਗਦਾ ਹੈ ਨਾ ਉਹ ਰਾਹ ਸਹੀ ਹੈ ਅਤੇ ਨੋਰਮਲ ਜੇ ਤੁਸੀਂ ਚੜ੍ਹ ਸਕਦੇ ਹੋ ਤਾਂ ਫਿਰ ਆ ਸਕਦੇ ਹੋ ਅਰਧ ਕੁਆਰੀ ਮਾਤਾ ਮੰਦਰ ਹੀ ਨਹੀਂ ਆਉਂਦਿਆ ਇਹ ਥੱਲੇ ਆਉਂਦਿਆ ਸੀ ਵੈਸੇ ਰਸਤਾ ਆਪਾਂ ਇਧਰੋਂ ਸ਼ਾਰਟਕੱਟ ਆ ਗਏ ਹਾਂ ਉਹ ਪੌੜੀਆਂ ਫੇਰ ਆ ਗਈਆਂ ਉੱਪਰ ਨੂੰ ਹੁਣ ਆਪਾਂ ਰਾਹੇ ਰਾਹੇ ਜਾਣਾ ਭਰਾਵਾ ਲਓ ਵੀ ਆਪਾਂ ਪਹੁੰਚ ਚੱਲੇ ਹਾਂ ਅਰਧ ਕੁਆਰੀ ਮਾਤਾ ਮੰਦਰ ਚੈਕਿੰਗ ਹੋਣੀ ਫਿਰ ਇੱਥੇ ਹੁਣ ਸਾਡੀ ਹੋ ਗਈ ਚੈਕਿੰਗ ਇੱਥੇ ਹੋ ਗਈ ਚੈਕਿੰਗ ਜਾਂਦੀਆਂ ਸਮਾਨ ਲੈ ਕੇ ਜਾਣਦੇ ਉੱਪਰ ਮਾਤਾ ਦੇ ਬਾਈਪਾਸ ਟਰੈਕ ਥੱਲੇ ਜਾਣ ਨੂੰ ਪਹੁੰਚ ਗਏ ਭਰਾਵਾ ਇਹ ਥੱਲੇ ਤੁਸੀਂ ਵਿਊ ਵੇਖਦੇ ਹੋ ਕਟਰਾ ਸ਼ਹਿਰ ਆ ਤੇ ਕਟਰਾ ਸ਼ਹਿਰ ਦਾ ਉਹ ਸਟੇਸ਼ਨ ਲੱਗਦਾ ਪਿਆ ਥੋੜਾ ਹੀ ਰਹਿ ਗਿਆ ਰਾ ਉਧਰ ਪਹਾੜ ਦੇਖ ਹਰੀ ਕਾਲੇ ਬੰਦੇ ਨਾ ਉਧਰ ਲੋ ਜੀ ਤੇ ਆਪਾਂ ਅਰਧ ਕੁਆਰੀ ਮਾਤਾ ਮੰਦਰ ਦੇ ਨੇੜੇ ਪਹੁੰਚ ਗਏ ਚਾਹ ਦਾ ਆਪਣਾ ਹੋ ਗਿਆ ਟਾਈਮ
ਚਾਹ ਪੀਏ ਨਾਲ ਖਾਂਦੇ ਆ ਬ੍ਰੈਡ ਪਕੌੜਾ ਆਪਾਂ ਇਸ ਟਾਈਮ ਪਹੁੰਚ ਗਏ ਆ ਗਰਮ ਇੱਥੇ ਗੁਫਾ ਹੈ ਇੱਕ ਤੇ ਉਹਦਾ ਗਰੁੱਪ ਨੰਬਰ ਇਸ ਟਾਈਮ ਚੱਲਦਾ ਪਿਆ 650 ਮਤਲਬ ਕਿ 20-23 ਘੰਟੇ ਮਤਲਬ ਕਿ ਜੇ ਕਿਤੇ ਮੱਥਾ ਟੇਕਣਾ ਤੇ 20 ਘੰਟੇ ਦੇ ਨੇੜੇ ਤੇੜੇ ਲੱਗ ਜਾਂਦੇ ਆ ਇਹ ਜਿਹੜਾ ਗਰੁੱਪ ਆ ਇਹਨਾਂ ਦਾ ਨੰਬਰ ਆ ਗਿਆ ਜਿਵੇਂ ਹੁਣ ਇਹ ਆ ਗਏ ਆ ਕਈਆਂ ਦਾ ਗਰੁੱਪ ਜਿੱਦਾਂ ਸਵੇਰੇ ਆ ਜਾਂ ਰਾਤ ਨੂੰ ਅਗਰ ਉਹ ਨੰਬਰ ਲਿਖਿਆ ਆਣਾ 650 ਤੇ ਗਰੁੱਪ ਵਾਈਜ਼ ਭੇਜਦੇ ਆ ਤਾਂ ਇਹ ਮਾਤਾ ਦੇ ਆਪਾਂ ਮੱਥਾ ਟੇਕਣ ਅੰਦਰ ਜਾਣਾ ਮਾਤਾ ਦਾ ਭਵਨ ਇਹ ਵਾਲੀ ਗੁਫਾ ਆ ਇੱਥੋਂ ਦੀ ਰਸਤਾ ਆ ਤੇ ਇਹ ਆ ਜੀ ਅਰਧਕੁਆਰੀ ਮਾਤਾ ਮੰਦਿਰ ਕਰੋ ਦਰਸ਼ਨ ਇਹ ਗਰੁੱਪ ਹੁਣ ਅੰਦਰ ਚੱਲਿਆ ਬਾਰਿਸ਼ ਦਾ ਮੌਸਮ ਫੇਰ ਬਣਨ ਦਿਆ ਆ ਜਾ ਉੱਧਰ ਚੱਲੀਏ ਇਹ ਅਰਧਕੁਆਰੀ ਮਾਤਾ ਮੰਦਿਰ ਆ ਮਤਲਬ ਕਿ ਅੱਧਾ ਰਸਤਾ ਜਿਹੜਾ ਆ ਉਹ ਤੈਅ ਕਰ ਆਏ ਆ ਤੇ ਇਹ ਗੁਫਾ ਆ ਇਸ ਸਾਈਡ ਤੇ ਬਾਕੀ ਹਲੇ ਦਾ ਅੱਧਾ ਪੈਂਡਾ ਪਿਆ ਆ ਤੇ ਟਾਈਮ ਹੋ ਗਏ 12 ਵੱਜ ਗਏ ਨੇ ਹੁਣ ਤੁਹਾਨੂੰ ਵਿਊ ਦਿਖਾਉਂਦੇ ਆ ਆਪਾਂ ਇੱਥੋਂ ਥੱਲੇ ਦਾ ਕਟਰਾ ਸ਼ਹਿਰ ਥੱਲੇ ਦੇਖਦਾ ਪਿਆ ਫਿਰ ਇਹ ਰਸਤਾ ਆ ਜੀ ਮਾਤਾ ਤੇ ਜਾਣਾ ਜਿੱਦਾਂ ਉਧਰੋਂ ਗੁਫਾ ਚੋਂ ਦੀ ਲੰਘ ਕੇ ਤੇ ਆਉਣਾ ਮੇਰੇ ਸਾਹਮਣੇ ਇੱਥੇ ਹੀ ਹੈ ਹਾਂ ਇੱਥੇ ਆ ਕੇ ਨਿਕਲਣਾ ਆ ਇਹ ਰਸਤਾ ਜਾਂਦਾ ਮਾਤਾ ਦੇ ਮੰਦਿਰ ਨੂੰ ਉੱਪਰ ਜਾਂਦੇ ਉਹਨਾਂ ਨੇ ਚੋਰੋਂ ਸੇ ਸਾਵਧਾਨ ਰਹੇ ਅੱਜ ਬਾਹਰ ਦੀ ਇੱਧਰ ਦੀ ਸਾਹਮਣੇ ਵੀ ਮੰਦਿਰ ਆ ਲਾਈਨ ਕਿਹੜੀ ਲੰਮੀ ਲੱਗ ਗਈ ਹੈ ਅਰਧਕੁਆਰੀ ਮਾਤਾ ਮੰਦਿਰ ਇੱਥੇ ਹੁਣ ਥੋੜ੍ਹਾ ਟਾਈਮ ਆਪਾਂ ਰੁਕ ਕੇ ਅਤੇ ਅੱਗੇ ਨਿਕਲਾਂਗੇ ਮਾਤਾ ਦੇ ਮਤਲਬ ਅੱਧਾ ਸਫ਼ਰ ਪਿਆ ਸਾਡਾ ਸਫ਼ਰ ਕਰਕੇ ਅਤੇ ਫਿਰ ਮਾਤਾ ਦੇ ਮੱਥਾ ਟੇਕ ਕੇ ਅਤੇ ਸ਼ਾਮ ਨੂੰ ਕਿਉਂਕਿ 7 ਵਜੇ ਜਿਹੜੇ ਆ ਇੱਥੇ ਦੁਆਰ ਬੰਦ ਹੋ ਜਾਂਦਾ ਆ ਅਤੇ ਉਹ ਤੋਂ ਪਹਿਲਾਂ ਆਪਾਂ 3-4 ਵਜੇ ਤੱਕ ਦਰਸ਼ਨ ਕਰਕੇ ਅਤੇ ਫਿਰ ਥੱਲੇ ਜਾਵਾਂਗੇ ਅਤੇ ਉੱਪਰ ਰੋਪਵੇ ਚੱਲਦਾ ਹੈ ਇੱਥੇ ਉੱਪਰ ਆ ਭੈਰੋ ਘਾਟੀ ਉੱਥੇ ਵੀ ਜਾਵਾਂਗੇ ਅਤੇ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਤੁਸੀਂ ਵਿਊ ਇੰਜੋਏ ਕਰੋ ਕਟਰਾ ਸ਼ਹਿਰ ਦਾ ਵਿਊ ਟੈਂਪਰੇਚਰ ਇੱਥੇ 19-20 ਹੈ ਅਰਧਕੁਆਰੀ ਤੋਂ ਹੁਣ ਆਪਾਂ ਚੱਲੇ ਹਾਂ ਮਾਤਾ ਵੈਸ਼ਨੋ ਦੇਵੀ ਜਿਹੜਾ ਟੈਂਪਲ ਮੇਨ ਟੈਂਪਲ ਆ ਅੱਧਾ ਸਫ਼ਰਾਂ ਦਾ ਹਾਲੇ ਪਿਆ ਆ ਉਹ ਸਫ਼ਰ ਹੁਣ ਆਪਾਂ ਤੈਅ ਕਰਦੇ ਹਾਂ ਅਤੇ ਰਸਤੇ 'ਚ ਕਿਤੇ ਇੱਕ ਵਾਰੀ ਚਾਹ ਪਾਣੀ ਫਿਰ ਛਕ ਲੈਂਦੇ ਹਾਂ ਅਜੇ ਹੁਣ ਆਪਾਂ ਚੱਲੇ ਹਾਂ ਅੱਗੇ ਮਾਤਾ ਦੇ ਮੰਦਿਰ ਅਰਧਕੁਆਰੀ ਇਹ ਵਾਲਾ ਰਸਤਾ ਆ ਜੀ ਮਾਤਾ ਦੇ ਮੰਦਿਰ ਜਾਣ ਵਾਲਾ ਅਤੇ ਬਾਰਿਸ਼ ਵੀ ਗਈ ਆ ਇਹ ਗੁਫਾ ਉੱਧਰ ਅੰਦਰ ਨਿਕਲਦੀ ਆ ਕੇ ਲਓ ਵੀ ਬਰਸਾਤੀਆਂ ਆਪਾਂ ਪਾਲੀਆਂ ਬਾਰਿਸ਼ ਗਈ ਆ ਅਤੇ ਇਹ ਭਵਨ ਨੂੰ ਰਸਤਾ ਦਿੰਦਾ ਆ ਇਹ ਕਿਹੜੀ ਰਸਤਾ ਆ ਰਿਹਾ ਥੱਲਿਓਂ ਇਹ ਰਸਤਾ ਥੋੜ੍ਹਾ ਇੱਥੇ ਖਰਾਬ ਆ ਉੱਪਰ ਕੰਮ ਚੱਲਣ ਦਿਆ ਇੱਥੋਂ ਥੋੜ੍ਹਾ ਤੇਜ਼ ਤੇਜ਼ ਲੰਘੀ ਆ ਜਾ ਉੱਪਰੋਂ ਪੱਥਰ ਡਿੱਗੀ ਆ ਅਤੇ ਭਵਨ ਤੋਂ ਪਹਿਲਾਂ ਤੁਹਾਨੂੰ ATM ਵੀ ਮਿਲ ਜਾਏਗਾ ਇੱਥੇ J&K ਬੈਂਕ ਦਾ ਪੇਮੈਂਟ ਕਢਵਾਉਣਾ ਚਾਹੁੰਦੇ ਹੋ ਤਾਂ ਕਢਵਾ ਸਕਦੇ ਹੋ ਬਾਕੀ ਆਪਾਂ ਹੁਣ ਮਾਤਾ ਦੇ ਮੰਦਿਰ ਦੇ ਨੇੜੇ ਪਹੁੰਚ ਗਏ ਹਾਂ ਅਤੇ ਮਿਲਦੇ ਹਾਂ ਤੁਹਾਨੂੰ ਹੁਣ ਅੱਗੇ ਸਿੱਧਾ ਹੀ ਥੱਲੇ ਨੂੰ ਆਉਂਦਾ ਜੀ ਉਹ ਹੈਲੀਪੈਡ ਉੱਥੋਂ ਉੱਠਦਾ ਬਸ ਹੁਣ ਮਾਤਾ ਦਾ ਮੰਦਿਰ ਅੱਗੇ ਨੇੜੇ ਰਹਿ ਗਿਆ ਹੁਣ ਭੁੱਖ ਲੱਗੀ ਹੁਣ ਕੁਛ ਖਾ ਲਈਏ ਇੱਥੋਂ ਰਹਿ ਗਿਆ 1/2 ਕਿਲੋਮੀਟਰ ਮਾਤਾ ਦਾ ਮੰਦਿਰ ਇਹ ਆ ਮਾਤਾ ਦਾ ਭਵਨ ਚਲੀਏ ਹੁਣ ਅੱਗੇ ਕਰੀਏ ਬਾਕੀ ਦਾ ਸਫ਼ਰ ਤੈਅ ਤੁਹਾਨੂੰ ਇੱਥੇ ਬੈਟਰੀ ਵਾਲੀਆਂ ਗੱਡੀਆਂ ਵੀ ਮਿਲ ਜਾਣਗੀਆਂ ਪਰ ਇਹਦੀ ਜਿਹੜੀ ਬੁਕਿੰਗ ਆ ਇਹ ਸ਼ਾਈਨ ਬੋਰਡ ਦੀ ਇਹਨਾਂ ਦੀ ਵੈਬਸਾਈਟ ਆ ਉੱਤੇ ਜਾ ਕੇ ਤਕਰੀਬਨ 1 ਮਹੀਨਾ ਪਹਿਲਾਂ ਕਰਵਾਉਣੀ ਪੈਂਦੀ ਅਤੇ ਜਿਹੜੇ ਆਪਣਾ ਥੱਲਿਓਂ ਇਹ ਬੈਟਰੀ ਵਾਲੇ ਚੱਲਦੇ ਆ ਛੋਟੇ ਹਾਥੀ ਕਹਿ ਲਓ ਜਾਂ ਰਿਕਸ਼ੇ ਦੇ ਇਹ ਇੱਥੇ ਤੱਕ ਹੀ ਆਉਂਦੇ ਆ ਇਹ ਥੱਲਿਓਂ ਚੱਲ ਕੇ ਅਤੇ ਇੱਥੇ ਤੱਕ ਆਉਂਦੇ ਇਹ ਵਾਲੇ ਬੈਟਰੀ ਵਾਲੇ ਛੋਟਾ ਹਾਥੀ ਅਤੇ ਆਪਾਂ ਹੁਣ ਪਹੁੰਚ ਗਏ ਹਾਂ ਮਾਤਾ ਦੇ ਦਰਬਾਰ 'ਤੇ
इत्थे लॉकर लैने तो इत्थे अपना बैग वगैरह जमा करवाने जी। उपर रोपवे ये जी उपरों केबल कार आती थले ओ थले खड़ी चलेगी हम कुछ बारी वेग तो लगे मैं चल गई ये उपर जाती है भैरो भैरो घाटी है भैरो बाबा का उपर मंदिर है इतों थलो लैके जाती है आए कर दे जाने आप भी मत्था टेके पांच बजे तक ही चल रही है बाकी खाण पीन का तू कंटीन बनिया हुई ने इतने तो वह काउंटर है उतो तुम पर्ची बनवाओ तो ये स्लिप दे आगे तो ही इतों खाना लै सकते हो भैया ले लो चौल ते राजमा चौल अच्छा ठीक है लो जी राजमा चौल ते कड़ी चौल ये अज माता का भवन बारिश भी फिर शुरू हो गई है मौसम देखो बाकी तुम तो ये रोड भी जो चलता है यदि पर्ची उधरों बहरों मिलती बाद इधर भी आने लो जी ये लाइन लगी है तो ये लाइन लगी है जी लॉकर के लिए इतने लॉकर मिलते हैं आप बैग वगैरह अपने लगस जिन्ना ही है ना सारा जमा करवा देते हैं माता के जो दरबार के अंदर जाइए उदो कुछ नहीं लैके जान देंगे ना पर्स ना बैल्ट कुछ नहीं लै करता सारा समान इतने जमा होना तो ये लाइन लगी है लॉकर के लिए लॉकर लैके आप समान जमा करवाने अपना लो जी पहुँच गए आप लॉकर के नेड़े ये नहीं जी इतने लॉकर तो लॉकर के अपने शूज़ तो बैग वगैरह जिन्ना भी समान सारा इतने रख के तो जाओ तो आप रख लिया ही समान तो हम आप चले वापस आप लगे समान क्ढन रोपवे की टिकट भी आ गया लाइन बड़ी लंबी लगी तकरीबन दो घंटे काफ़ी जने आए पैदल ही फिर आ गए ये पिछले बस च जिन्हें जने आए ना उन्हें आए हैं हाँ जी जितना बढ़िया सुविधा है ना हाँ जी उतना बड़ा डेंजर भी सही बात है फ्लाइट में जब एक्सीडेंट होता है ना हाँ जी तो लास्ट की तो लास्ट फ्लाइट का भी नहीं पता चलता सही माता वैष्णो देवी टेंपल तो आप भैरनाथ टेंपल पहुँच गए हैं बैक साइड पर तुम देख रहे हो बिल्डिंग तो हम आप इतने दर्शन करा क्योंकि कैमरा वगैरह अंदर अलाउ नहीं है तो ना ही थले ही तो थले हम तुम दिखाने आप माता वैष्णो देवी टैंपल उतों आप 2 किलोमीटर चढ़ाई चढ़ के उपर आ गए हमने इतने भैरोनाथ टैंपल से हम अंदरों दर्शन करके तो फिर थले चलते वापसी तो हूँ आप लाइन च लगते हैं मत्था टेकते हैं बारिश आ गई है लो भी आप लगे लाइन च भैरो घाट इतने दर्शन करते भैरों मंदिर तो आए हैं तो उतों इधर न पौड़ियाँ फिर इतने आए हाँ इतों फिर घूमते घुमाते इदा फिर आने थले हैलीकॉप्टर लगे जाए चढ़ दे थले ये गया तो हम उधरों आना दूसरा येलो वाला पर लैंड लगी ब्लिंक कर दी उत्तों भी घुमा के लिया ना एक भी नहीं लाना हम सवार उतरन की देर नाल ही इन्हें चक देना तह पूरा थले रोल
ਇਹ ਜੀ ਕਟਰਾ ਸ਼ਹਿਰ ਦਾ ਰਾਤ ਦਾ ਵਿਊ ਦੇਖੋ ਜਗਮਗ ਜਗਮਗ ਹੋਉਂਦੀ ਇਹ ਆ ਅਰਧ ਕੁਵਾਰੀ ਮਾਤਾ ਮੰਦਿਰ ਤੇ ਹੁਣ ਅਸੀਂ ਥੱਲੇ ਨੂੰ ਜਾਂਦੇ ਪਏ ਆ 8 ਵਜ ਗਏ ਨੇ ਤੇ ਥੱਲੇ ਕਟਰਾ ਪਹੁੰਚਦੇ ਆ ਆਪਾਂ ਨੂੰ 10 ਵਜ ਜਾਣੇ ਆ ਮਤਲਬ ਕਿ 2 ਘੰਟੇ ਇੱਥੋਂ ਹੋਰ ਲੱਗ ਜਾਣੇ ਆਪਾਂ ਨੂੰ ਥੱਲੇ ਜਾਂਦੇ ਆ ਚਲੋ ਇਹ ਵਾਲਾ ਪ੍ਰਸ਼ਾਦ ਇੱਥੋਂ ਮਿਲਦਾ ਆ ਸੇਬ ਨੂੰ ਸੁਕਾ ਕੇ ਤੇ ਬਾਕੀ ਅਖਰੋਟ ਡਰਾਈ ਫਰੂਟ ਵਗੈਰਾ ਸਾਰਾ ਚੱਲੀਏ ਅੱਗੇ ਪ੍ਰਸ਼ਾਦ ਲਿਆ ਆਪਾਂ ਲੈ मंदिर दिखाई दे रहा है अर्ध कुवारी माता मंदिर इथों मतलब कि अद्धा सफर जो अपना तय हो जाता है इस तो अगे फिर है माता का भवन रस्ता तुम देखा होगा मतलब कि ये पहाड़ की दूसरी साइड आ जड़ा माता का मंदिर आ इत तक का अद्धा सफर जी लाइन फिर सवेरे सवेरे लगी आप आ गए दर्शन मेले करके वापस चले हूँ तो लाइन सवेरे सवेरे लग भी गई फिर जिन्होंने उपर जाना मत्था टेकना आप पहुँच गए स्टेशन पर ट्रेन अपनी लगी है बस रह गए 2 मिनट चलन ते हुण साडी वापसी घर नूं बाकी वीडियो चंगी लगी लाइक कमेंट शेयर जरूर करो जय माता दी।